ਚ ਅਚੀਵ ਕਰਨ ਦੇ ਬਾਅਦ ਵੀ ਅਗਰ ਮੈਨੂੰ ਇਥੇ ਛੋਣਾ ਲੋਣਾ ਪੈ ਰਿਹਾ ਤਾਂ ਇਹ ਥੋੜਾ ਮੈਨੂੰ ਡਿਫਿਕਲਟ ਲੱਗਦਾ ਮੈਨੂੰ ਉਜੀ ਤਾਂ ਬਹੁਤ ਫੀਲ ਹੁੰਦੀ ਆ ਸ਼ਾਇਦ ਆ ਲੱਗਦਾ ਕਿ ਸ਼ਾਇਦ ਕੁਝ ਚੰਗਾ ਹੋਣਾ ਚਾਹੀਦਾ ਸੀ ਮੇਰੇ ਨਾਲ ਬਹੁਤ ਅੱਛੀ ਪਲੇਅਰ ਬਣਨਾ ਚਾਹੁੰਦੀ ਸੀ ਜਿੱਦਾਂ ਕਿ ਮੈਨੂੰ ਐਵੇਂ ਸੀਗਾ ਕਿ ਮੈਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਖੇਡਾਂ ਬਟ ਉਹ ਚੀਜ਼ਾਂ ਨਹੀਂ ਹੋ ਸਕੀਆਂ ਹਾਈ ਲੈਵਲ ਤੇ ਜਾਣ ਵਾਸਤੇ ਇੱਕ ਅੱਛੇ ਕੋਚ ਤੇ ਚੰਗੀ ਡਾਈਟ ਦੀ ਜ਼ਰੂਰਤ ਹੁੰਦੀ ਆ ਜਿੰਨਾ ਵਿੱਚੋਂ ਕਿ ਦੋਨਾਂ ਵਿੱਚੋਂ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਸੀਗਾ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਤਾਂ ਮੈਂ ਛੋਣਾ ਹੀ ਲਗਾਉਂਦੀ ਸੀਗੀ ਤੇ ਜਦੋਂ ਸਾਨੂੰ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਤੇ ਅਸੀਂ ਪੱਠੇ ਤੇ ਕੰਮ ਕਰਦੇ ਹੁੰਦੇ ਸੀ ਵੀ ਇਹ ਕੁੜੀ ਆ ਦੀ ਜਿਹੜੀ ਸਪੀਡ ਟਰੈਕ ਤੇ ਵੀ ਹੋਣੀ ਹੈ ਤੇ ਝੋਨਾ ਲਾਉਣ ਵੇਲੇ ਵੀ ਹੋਣੀ ਹੈ ਸਟੱਡੀ ਮੇਰੀ ਗ੍ਰੈਜੂਏਸ਼ਨ ਤੋਂ ਬਾਅਦ ਹੁਣ ਮੈਂ ਬੀਪੀਐਡ ਸਟਾਰਟ ਕਰੀਆ 3 ਸਾਲ ਦੇ ਗੈਪ ਤੋਂ ਬਾਅਦ ਸੁੱਕੇ ਹੱਡ ਰਗੜੇ ਨਹੀਂ ਜਾਂਦੇ ਡਾਈਟ ਦਾ ਕਿਸ ਤਰ੍ਹਾਂ ਸੀ ਸਿਸਟਮ ਕਈ ਕਈ ਦਿਨ ਤਾਂ ਇਹੋ ਜਿਹੇ ਹੁੰਦੇ ਸੀ ਜਦੋਂ ਮੈਂ ਰੋਟੀ ਵੀ ਨਹੀਂ ਖਾਂਦੀ ਸੀ ਤਾਂ ਕਿ ਮੇਰੀ ਮੈਸ ਦਾ ਬੈਲ ਜਾਦਾ ਨਾ ਆ ਜਾਵੇ ਮੇਰੀ ਸਟੱਡੀ ਕੰਟੀਨਿਊ ਨਹੀਂ ਹੋ ਸਕੀ ਸੀ ਕਿਉਂਕਿ ਮੇਰੇ ਪਾਪਾ ਲੇਬਰ ਕਰਦੇ ਨੇ ਤੇ ਫਿਰ ਉਹ ਇੰਨਾ ਖਰਚਾ ਚੱਕ ਨਹੀਂ ਸਕਦੇ ਸੀਗੇ ਨਾ ਹੀ ਤਾਂ ਮੇਰੀ ਗੇਮ ਦਾ ਤੇ ਨਾ ਹੀ ਸਟੱਡੀ ਦਾ ਸਭ ਤੋਂ ਪਹਿਲਾਂ ਮੈਂ 400 ਮੀਟਰ ਭੱਜੀ ਸੀ ਜਿਹਦੇ ਵਿੱਚ ਕਿ ਮੇਰਾ 골ਡ ਮੈਡਲ ਸੀਗਾ ਫਿਰ ਮੈਂ 5 ਕਿਲੋਮੀਟਰ ਵਿੱਚ ਪਾਰਟਿਸਪੇਟ ਕਰਿਆ ਜਿਹਦੇ ਵਿੱਚ ਮੇਰਾ 골ਡ ਮੈਡਲ ਸੀ ਸਟੇਟ ਲੈਵਲ 'ਤੇ ਮੇਰੇ 7 7 ਮੈਡਲ ਨੇ 4 ਬ੍ਰਾਉਨਸ ਨੇ 3 골ਡ ਮੈਡਲ ਨੇ ਮੇਰੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਜੱਸੀ ਬਰਾੜ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਕਿਸਾਨ ਅਤੇ ਕਿਰਤੀ ਦੋਨੇ ਖੇਤਾਂ ਦੇ ਵਿੱਚ ਨੇ ਕਿਉਂਕਿ ਇਸ ਸਮੇਂ ਝੋਨੇ ਦੀ ਲਵਾਈ ਚੱਲ ਰਹੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲਗਾਤਾਰ ਜਿਹੜੇ ਸਾਡੇ ਕਿਰਤੀ ਵੀਰ ਆ ਬੜੀ ਮਿਹਨਤ ਦੇ ਨਾਲ ਆਪਦਾ ਕੰਮ ਸਮੇਂ ਸਿਰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਗਰਮੀ ਬਹੁਤ ਹੈ ਤਾਂ ਇਸ ਗਰਮੀ ਦੇ ਸੀਜ਼ਨ ਦੇ ਵਿੱਚ ਕਹਿਣਾ ਸੌਖਾ ਹੁੰਦਾ ਹੈ ਹਰ ਬੰਦਾ ਕਹਿ ਦਿੰਦਾ ਵੀ ਪਾਣੀ ਦੀ ਝੋਨਾ ਲਾਉਣਾ ਹੈ ਪਰ ਝੋਨਾ ਜਿਹੜੇ ਲਾਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਚਾਰੋਂ ਤਰਫ ਜਿਹੜੀ ਹੋਮਸ ਉਹ ਹੋਈ ਹੁੰਦੀ ਆ ਤਾਂ ਇਸ ਹੋਮਸ ਦੇ ਵਿੱਚ ਜਿਹੜਾ ਇਹ ਸਾਰਾ ਕਹਿ ਸਕਦੇ ਆ ਕੰਮ ਹੈ ਉਹ ਕਰਨਾ ਬਹੁਤ ਔਖਾ ਹੁੰਦਾ ਪਰ ਅੱਜ ਇਹ ਝੋਨੇ ਦੇ ਵਾਣ ਦੇ ਵਿੱਚ ਲੈ ਕੇ ਆਉਣ ਦਾ ਇੱਕ ਵੱਖਰਾ ਜਿਹਾ ਕਾਰਨ ਹੈ ਉਹ ਕਾਰਨ ਬਹੁਤ ਵੱਡਾ ਹੈ ਕਾਰਨ ਇਹ ਆ ਵੀ ਜਦੋਂ ਇਹ ਝੋਨਾ ਲਾਉਂਦੇ ਨੇ ਵੀਰ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਸਾਰੇ-ਸਾਰੇ ਮੈਂਬਰ ਆ ਕੇ ਝੋਨਾ ਲਾਉਂਦੇ ਨੇ ਪਰ ਇੱਕ ਗੁੜੀਆ ਮੇਰੇ ਕੋਲੇ ਤੁਸੀਂ ਦੇਖ ਸਕਦੇ ਹੋ ਤੇਰੀ ਝੋਨਾ ਬੜੀ ਮਿਹਨਤ ਦੇ ਨਾਲ ਆ ਰਹੀ ਆ ਬੜੀ ਤੇਜ਼ੀ ਦੇ ਨਾਲ ਆ ਰਹੀ ਆ ਜਿੰਨੀ ਸਪੀਡ ਇਹਦੀ ਝੋਨਾ ਲਾਉਣ ਦੀ ਹੈ ਨਾ ਤਾਂ ਉਨੀ ਸਪੀਡ ਇਹਦੀ ਟਰੈਕ ਦੇ ਉੱਪਰ ਹੈ ਕਿਉਂਕਿ ਇਹ ਕੁੜੀ ਐਥਲੀਟ ਹੈ ਗੇਮ ਕਰਦੀ ਆ ਤਾਂ ਜਦੋਂ ਰੇਸ ਲਾਉਂਦੀ ਆ ਤਾਂ ਵੱਡੇ-ਵੱਡੇ ਦੇ ਹੱਥ ਖੜੇ ਕਰ ਦਿੰਦੀ ਹੈ ਵੀ ਆਓ ਭੱਜिए ਪਰ ਇੱਥੇ ਝੋਨੇ ਲਾਉਣ ਦੀ ਸਪੀਡ ਵੀ ਹੁੰਨੀ ਹੈ ਕਿੱਥੇ ਤਾਂ ਇਸ ਗੁੜੀਆ ਦੇ ਹੱਥ ਉਹਨਾਂ ਤਗਮਿਆਂ ਤੇ ਉਹਨਾਂ ਸਰਟੀਫਿਕੇਟਾਂ ਤੇ ਹੋਣੇ ਸੀ ਪਰ ਅੱਜ ਝੋਨੇ ਦੀਆਂ ਜਿਹੜੀਆਂ ਡੰਡੀਆਂ ਉਹ ਮਿੱਟੀ ਦੇ ਵਿੱਚ ਦੱਬਣ ਵਾਸਤੇ ਲੱਗੀ ਹੋਈ ਹੈ ਗੱਲਬਾਤ ਕਰਾਂਗੇ ਕੁੜੀਆ ਦੇ ਨਾਲ ਵੀ ਜਾਣਾ ਕਿੱਧਰ ਨੂੰ ਸੀ ਤੇ ਰਸਤਾ ਕਿੱਧਰ ਨੂੰ ਬਦਲ ਗਿਆ ਉਹ ਸਾਰੀ ਗੱਲਬਾਤ ਆਪਾਂ ਕੁੜੀਆ ਦੇ ਨਾਲ ਕਰਦੇ ਆਂ ਕੁੜੀਆ ਦਿਓ 5 ਮਿੰਟ ਛੱਡੋ ਕੰਮ ਤਾਂ ਆਪਾਂ ਸਪੀਡ ਇਸ ਤੋਂ ਬਾਅਦ ਫਿਰ ਵਧਾ ਲਾਂਗੇ ਸਵਾਗਤ ਆ ਤੁਹਾਡਾ ਪ੍ਰਾਈਮ ਇਸ਼ੀਆ ਤੇ ਪਹਿਲਾਂ ਬਹੁਤ-ਬਹੁਤ ਹਾਂਜੀ ਥੈਂਕ ਯੂ ਕੁੜੀਆ ਮੈਂ ਦੇਖਿਆ ਜਿਵੇਂ ਮੈਂ ਕਿਹਾ ਵੀ ਇਹ ਕੁੜੀਆ ਦੀ ਜਿਹੜੀ ਸਪੀਡ ਟਰੈਕ ਤੇ ਵੀ ਹੋਣੀ ਹੈ ਤੇ ਝੋਨਾ ਲਾਉਣ ਵੇਲੇ ਵੀ ਹੋਣੀ ਹੈ ਕਦੇ ਸੋਚਿਆ ਸੀ ਵੀ ਟਰੈਕ ਵਾਲੇ ਹੱਥ ਤੇ ਟਰੈਕ ਵਾਲੇ ਪੈਰ ਉਹ ਇਸ ਖੇਤਾਂ ਦੇ ਵਿੱਚ ਆ ਕੇ ਮੁੱਕਣਗੇ ਆਈ ਥਿੰਕ ਕਿ ਮੇਰੀ ਤਾਂ ਲਾਈਫ ਪਹਿਲਾਂ ਤੋਂ ਹੀ ਇਦਾਂ ਦੀ ਆ ਮੈਂ ਸ਼ੁਰੂ ਤੋਂ ਹੀ ਮਤਲਬ ਕਿ ਇਨਾ ਖੇਤਾਂ ਵਿੱਚ ਹੀ ਕੰਮ ਕਰਕੇ ਇੱਥੋਂ ਤੱਕ ਪਹੁੰਚੀ ਆਂਗੀ ਅਗਰ ਮੇਰੀ ਸਪੋਰਟਸ ਲਾਈਫ ਨੂੰ ਦੇਖਿਆ ਜਾਵੇ ਤਾਂ ਮੈਂ ਪਹਿਲਾਂ ਤੋਂ ਹੀ ਖੇਤਾਂ ਵਿੱਚ ਕੰਮ ਕਰਦੀ ਸੀਗੀ ਤੇ ਹੁਣ ਵੀ ਕਰ ਰਹੀ ਆ ਉਹਦੇ ਨਾਲ ਨਾਲ ਬਟ ਹੁਣ ਇੰਨੀ ਵੱਡੀ ਹੋਣ ਦੇ ਬਾਵਜੂਦ ਤੇ ਇਨਾ ਕੁਝ ਅਚੀਵ ਕਰਨ ਦੇ ਬਾਅਦ ਵੀ ਅਗਰ ਮੈਨੂੰ ਇੱਥੇ ਛੋਣਾ ਲਾਉਣਾ ਪੈ ਰਿਹਾ ਤਾਂ ਇਹ ਥੋੜਾ ਮੈਨੂੰ ਡਿਫਿਕਲਟ ਲੱਗਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਅਗਰ ਮੈਂ ਮੇਰੇ ਵਿੱਚ ਟੈਲੈਂਟ ਹੋਣ ਦੇ ਬਾਵਜੂਦ ਵੀ ਮੈਂ ਇੱਥੇ ਫਿਰ ਰਹੀ ਆ ਸਟੱਡੀ ਕੀ ਹੈ ਪੁੱਤ ਸਟੱਡੀ ਮੇਰੀ ਗ੍ਰੈਜੂਏਸ਼ਨ ਤੋਂ ਬਾਅਦ ਹੁਣ ਮੈਂ ਬੀਪੀਐਡ ਸਟਾਰਟ ਕਰੀਆ 3 ਸਾਲ ਦੇ ਗੈਪ ਤੋਂ ਬਾਅਦ ਹੂੰ ਪੂਰੇ 3 ਸਾਲ ਦਾ ਗੈਪ ਕਿਉਂ ਹਾਂਜੀ ਉਦੋਂ ਲੋਕਡਾਊਨ ਲੱਗ ਗਿਆ ਸੀ ਲੋਕਡਾਊਨ ਤੋਂ ਬਾਅਦ ਫਿਰ ਮੇਰੀ ਸਟੱਡੀ ਕੰਟੀਨਿਊ ਨਹੀਂ ਹੋ ਸਕੀ ਸੀ ਕਿਉਂਕਿ ਮੇਰੇ ਪਾਪਾ ਲੇਬਰ ਕਰਦੇ ਨੇ ਤੇ ਫਿਰ ਉਹ ਇੰਨਾ ਖਰਚਾ ਚੱਕ ਨਹੀਂ ਸਕਦੇ ਸੀਗੇ ਨਾ ਹੀ ਤਾਂ ਮੇਰੀ ਗੇਮ ਦਾ ਤੇ ਨਾ ਹੀ ਸਟੱਡੀ ਦਾ ਪਹਿਲਾਂ ਪੜਾਈ ਕਿਵੇਂ ਪਹਿਲਾਂ ਤਾਂ ਪੜਾਈ ਵਾਲੀ ਆ ਜੀਏ ਪੜਾਈ ਪਹਿਲਾਂ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਸਾਰਾ ਜਿਹੜਾ ਸਿਸਟਮ ਆ ਉਹ ਚੱਲਿਆ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਡੇ ਹਾਲਾਤ ਵੇਖ ਰਿਹਾ ਮੈਨੂੰ ਲੱਗਦਾ ਨਹੀਂ ਵੀ ਉਹ ਹਾਂਜੀ ਪਹਿਲਾਂ ਇਦਾਂ ਸੀਗਾ ਕਿ ਮੇਰੇ ਪੰਜ ਸਿਸਟਰ ਅਸੀਂ ਪੰਜ ਸਿਸਟਰ ਸੀਗੇ ਹੂੰ ਤੇ ਪਰ ਉਹ ਬਰਦਰ ਨਹੀਂ ਹੈਗਾ ਸੀਗਾ ਮੇਰੇ ਤਾਂ ਉਹ ਤੋਂ ਫਿਰ ਮੇਰੇ ਪੂਆਜੀ ਮੈਨੂੰ ਲੈ ਕੇ ਆਏ ਸੀ ਇਸ ਪਿੰਡ ਦੇ ਦਵਾਰੀ ਆਣੇ ਵਿੱਚ ਤਾਂ ਮੈਂ ਕਾਫੀ ਟਾਈਮ ਉਹਨਾਂ ਕੋਲ ਹੀ ਰਹੀ ਆਦੀ ਪੂਆਜੀ ਕੋਲ ਤੇ ਉਹਨਾਂ ਨੇ ਮੈਨੂੰ 8th ਕਲਾਸ ਤੱਕ ਪੜਾਇਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਪਿੰਡ ਚ ਛਾਲੀ ਗਈ ਸੀ ਪਿੰਡ ਜਾਣ ਤੋਂ ਬਾਅਦ ਮੈਂ 1 ਸਾਲ ਸਟੱਡੀ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਮੈਂ 8th ਕਲਾਸ ਵਿੱਚ ਐਡਮਿਸ਼ਨ ਲਈ ਉੱਥੇ ਜਾ ਕੇ ਇਦਾਂ ਹੁੰਦਾ ਸੀਗਾ ਕਿ ਅਸੀਂ ਪਹਿਲਾਂ ਪੱਠੇ ਦੇ ਕੰਮ ਕਰਦੇ ਹੁੰਦੇ ਸੀਗੇ ਪਾਪਾ ਦੇ ਨਾਲ ਸਾਰੀ ਫੈਮਿਲੀ ਹੀ ਕੰਮ ਕਰਦੀ ਸੀ ਹੌਲੀ ਹੌਲੀ ਫਿਰ ਅਸੀਂ ਜਿੱਦਾਂ ਸੀਜ਼ਨ ਦੇ ਅਕੋਰਡਿੰਗ ਕੰਮ ਕਰਦੇ ਰਹਿੰਦੇ ਸੀਗੇ ਤੇ ਫਿਰ ਸਟੱਡੀ ਵਿੱਚ ਸਕਲਾਸ ਉਥੇ ਜਾ ਕੇ ਐਡਮਿਸ਼ਨ ਲਈ ਤਾਂ ਫਿਰ ਉੱਥੇ ਹੀ ਮੇਰੀ ਗੇਮ ਲਾਈਨ ਸੀ ਜਿਹੜੀ ਸਟਾਰਟ ਹੋਈ ਸੀਗੀ ਤੇ ਮੈਂ 8th ਕਲਾਸ ਵਿੱਚ ਸਭ ਤੋਂ ਪਹਿਲਾਂ ਮੈਂ 400 ਮੀਟਰ ਭੱਜੀ ਸੀ ਜਿਹਦੇ ਵਿੱਚ ਕਿ ਮੇਰਾ 골ਡ ਮੈਡਲ ਸੀਗਾ ਉਸ ਤੋਂ ਬਾਅਦ ਮੈਂ ਡਿਸਟ੍ਰਿਕਟ ਲੈਵਲ ਤੇ ਭੱਜੀ ਤਾਂ ਉੱਥੇ ਮੇਰਾ 400 ਮੀਟਰ ਦਾ 골ਡ ਕੋਈ ਵੀ ਮੈਡਲ ਨਹੀਂ ਸੀਗਾ ਬਟ ਮੈਂ ਇਹ ਚੀਜ਼ ਸੋਚੀ ਸੀਗੀ ਕਿ ਜੇ ਮੈਂ ਆਈਆਂ ਤਾਂ ਮਤਲਬ ਕਿ ਮੈਂ ਅੱਛੀ ਗੇਮ ਭੱਜ ਸਕਦੀਆਂ ਫਿਰ ਮੈਂ 5 ਕਿਲੋਮੀਟਰ ਵਿੱਚ ਪਾਰਟਿਸਪੇਟ ਕਰਿਆ ਜਿਹਦੇ ਵਿੱਚ ਮੇਰਾ 골ਡ ਮੈਡਲ ਸੀ ਤਾਂ ਜਿਵੇਂ ਗੱਲ ਕਰਾਂ ਜਿਵੇਂ ਗਰਾਊਂਡ ਦੀ ਗੱਲ ਕਰਦੇ ਆ ਤਾਂ ਮੈਨੂੰ ਇਹ ਪੁੱਛਣ ਚ ਤਾਂ ਨਹੀਂ ਕਿਉਂਕਿ ਤੁਸੀਂ ਇੱਕ ਐਸੇ ਪਿੰਡ ਦੇ ਵਿੱਚ ਰਹਿੰਦੇ ਹੋ ਜਿੱਥੇ ਸੜਕਾਂ ਵੀ ਪ੍ਰੋਪਰ ਨਹੀਂ ਮੈਂ ਦੇਖਿਆ ਵੀ ਇੰਨਾ ਸੜਕਾਂ ਦੇ ਉੱਪਰ ਫਿਰ ਕਿੱਥੇ ਟਰੈਕ ਕਿੱਥੇ ਹੁੰਦਾ ਸੀ ਕਿੱਥੇ ਸਾਰੀ ਤਿਆਰੀ ਹੁੰਦੀ ਸੀ ਹਾਂਜੀ ਟਰੈਕ ਤਾਂ ਨਹੀਂ ਸੀਗਾ ਮੇਰੇ ਪੈਂਡੇ ਵਿੱਚ ਵੀ ਨਹੀਂ ਹੈਗਾ ਸੀਗਾ ਟਰੈਕ ਟਰੈਕ ਫਿਰ ਮੇਰੇ ਘਰ ਦੇ ਨਾਲ ਹੀ ਇੱਕ ਸੜਕ ਲੰਘਦੀ ਸੀ ਮੈਂ ਉੱਤੇ ਰਨਿੰਗ ਕਰਦੀ ਹੁੰਦੀ ਸੀਗੀ ਤੇ ਮੈਂ ਕਾਫੀ ਟਾਈਮ ਉੱਥੇ ਹੀ ਰਨਿੰਗ ਕਰਦੀ ਰਹੀ ਜਦੋਂ ਮੇਰੀ ਮੈਂ ਫਸਟ ਟਾਈਮ ਹੀ ਡਿਸਟ੍ਰਿਕਟ ਭੱਜੀ ਤਾਂ ਉਦੋਂ ਮੇਰੀ 5 ਕਿਲੋਮੀਟਰ ਚ ਸਟੇਟ ਲਈ ਸਿਲੈਕਸ਼ਨ ਹੋ ਗਈ ਸੀ ਤਾਂ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਮੈਂ ਹੋਰ ਅੱਗੇ ਵਧ ਰਹੀ ਆ ਤੇ ਮੈਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਪ੍ਰੈਕਟਿਸ ਕਰਨੀ ਚਾਹੀਦੀ ਆ ਜਦੋਂ ਮੈਂ ਪ੍ਰੈਕਟਿਸ ਕਰਨੀ ਸਟਾਰਟ ਕਰੀ ਤਾਂ ਮੈਂ ਉਸ ਰੋਡ ਤੇ ਹੀ ਪ੍ਰੈਕਟਿਸ ਸਟਾਰਟ ਕਰੀ ਸੀਗੀ ਉਸ ਤੋਂ ਬਾਅਦ ਫਿਰ ਜਦੋਂ ਮੈਂ ਸਟੇਟ ਲੈਵ ਇਸ ਦੇ ਥੋੜਾ ਇਸ਼ੂ ਹੋਣ ਦੇ ਕਾਰਨ ਫਿਰ ਉੱਥੇ ਮੈਨੂੰ ਪਾਰਟਿਸਪੇਟ ਨਹੀਂ ਕਰਨ ਦਿੱਤਾ ਗਿਆ ਕਿਉਂਕਿ ਜਦੋਂ ਇੱਕ ਖਿਡਾਰੀ ਹੁੰਦਾ ਨਾ ਖਿਡਾਰੀ ਘਰੇ ਜਦੋਂ ਕੋਈ ਵੀ ਤਿਆਰੀ ਕਰਦਾ ਤਾਂ ਇੱਕ ਸੁਪਨੇ ਨਾਲ ਲੈ ਕੇ ਜਾਂਦਾ ਕਰਦਾ ਉਹਨੂੰ ਕਹਿ ਵੀ ਦਿੰਦਾ ਵੀ ਹੁਣ ਮੈਂ ਉੱਡਣ ਲੱਗਿਆ ਤਾਂ ਮੇਰੇ ਪਿੱਛੇ ਤੁਸੀਂ ਫੰਗ ਬਣ ਕੇ ਖੜੇ ਹੋ ਹਾਂਜੀ ਸੁਪਨਾਉਂਦਾ ਮੇਰਾ ਇਹੀ ਸੀਗਾ ਕਿਉਂਕਿ ਮੈਨੂੰ ਐ ਲੱਗਦਾ ਸੀਗਾ ਕਿ ਮੈਂ ਇੱਕ ਅੱਛੀ ਫੀਲਡ ਚੂਜ਼ ਕਰੀ ਆ ਤੇ ਮੈਂ ਇਸ ਫੀਲਡਸ ਅੱਗੇ ਜਾ ਸਕਦੀ ਆ ਤੇ ਮੈਂ ਉਹਦੇ ਲਈ ਇੱਕ ਬਹੁਤ ਅੱਛੀ ਪਲੇਅਰ ਬਣਨਾ ਚਾਹੁੰਦੀ ਸੀ ਜਿੱਦਾਂ ਕਿ ਮੈਨੂੰ ਐਵੇਂ ਸੀਗਾ ਕਿ ਮੈਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਖੇਡਾਂ ਬਟ ਉਹ ਚੀਜ਼ ਨਹੀਂ ਹੋ ਸਕੀ ਆ ਤੁਸੀਂ ਹੁਣ ਸਟੇਟ ਤੱਕ ਖੇਡੇ ਤੱਕ ਕਿੱਥੋਂ ਤੱਕ ਤੁਹਾਡੇ ਮੈਡਲ ਕਿੰਨੇ ਆ ਸਟੇਟ ਵਿੱਚ ਮੇਰੇ 7 7 ਮੈਡਲ ਨੇ 4 ਬ੍ਰਾਉਨਸ ਨੇ 3 골ਡ ਮੈਡਲ ਨੇ ਮੇਰੇ ਹਾਂ ਤਾਂ ਹੁਣ ਤੱਕ ਜਿਵੇਂ ਜਿਵੇਂ ਸਰਕਾਰ ਦੀ ਵੀ ਗੱਲ ਕਰਾਂ ਤਾਂ ਹਮੇਸ਼ਾ ਇਹ ਕਿਹਾ ਜਾਂਦਾ ਵੀ ਅਸੀਂ ਖਿਡਾਰੀਆਂ ਦੇ ਲਈ ਬਹੁਤ ਕੰਮ ਕਰ ਰਹੇ ਹਾਂ ਖਿਡਾਰੀਆਂ ਦੇ ਲਈ ਹਰ ਕਦਮ ਜਿਹੜਾ ਚੱਕਣ ਨੂੰ ਤਿਆਰ ਆ ਤਾਂ ਹੁਣ ਤੱਕ ਸਰਕਾਰ ਨੇ ਕਿੰਨੀ ਗਮਾਂ ਫੜ ਲਈ ਨਹੀਂ ਜੀ ਸਰਕਾਰ ਵੱਲੋਂ ਤਾਂ ਐਦਾਂ ਦਾ ਕੁਝ ਵੀ ਨਹੀਂ ਹੋਇਆ ਮੇਰੇ ਨਾਲ ਜਿਸ ਨਾਲ ਕਿ ਮੈਨੂੰ ਐਵੇਂ ਲੱਗੇ ਕਿ ਮੇਰੀ ਹੈਲਪ ਹੋ ਰਹੀ ਆ ਇਥੋਂ ਤੱਕ ਕਿ ਮੈਨੂੰ ਕਦੀ ਅੱਜ ਤੱਕ ਮੈਂ ਮੋਂ ਲਗਭਗ ਮੈਨੂੰ 13 ਸਾਲ ਹੋ ਗਏ ਸੀਗੇ ਰਨਿੰਗ ਕਰਦੀ ਨੂੰ ਮੈਨੂੰ ਅੱਜ ਤੱਕ ਕੋਈ ਅਸ਼ਾ ਕੋਚ ਵੀ ਪ੍ਰੋਵਾਈਡ ਨਹੀਂ ਹੋਇਆ ਸੀਗਾ ਤੇ ਜਿਹਦੇ ਕਰਕੇ ਮੈਨੂੰ ਐਨੀ ਨੋਲਿਜ ਵੀ ਨਹੀਂ ਹੈਗੀ ਸੀ ਬਟ ਜਿੰਨਾ ਵੀ ਮੇਰੇ ਤੋਂ ਹੁੰਦਾ ਸੀਗਾ ਮੇਰਾ ਸੁਪਨਾ ਸੀਗਾ ਕਿ ਮੈਂ ਇੱਕ ਚੰਗੀ ਪਲੇਅਰ ਬਣਨਾ ਫਿਰ ਉਹੀ ਸੋਚ ਕੇ ਮੈਂ ਐਦਾ ਹੀ ਰੂਟਸ ਤੇ ਰਨਿੰਗ ਕਰਦੀ ਸੀ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਘਰ ਦੇ ਹਾਲਾਤ ਤਾਂ ਬਹੁਤ ਹੀ ਬੁਰੇ ਨੇ ਮੇਰੇ ਮਦਰ ਨੇ ਉਹ ਉਹਨਾਂ ਦਾ ਹਾ ਬ੍ਰੇਨ ਜਿਹੜਾ ਡੈਮੇਜ ਆ ਤੇ ਉਹ ਬਿਮਾਰ ਹੀ ਰਹਿੰਦੇ ਨੇ ਫਾਦਰ ਸਾਹਿਬ ਕੀ ਕਰਦੇ ਨੇ ਫਾਦਰ ਲੇਬਰ ਕਰਦੇ ਨੇ ਜੀ ਗੁੜੀਏ ਜਿਵੇਂ ਹੁਣ ਮੈਂ ਕਿਹਾ ਵੀ ਜਿਹੜੀ ਤਿਆਰੀ ਹੁੰਦੀ ਹੈ ਖੇਡਾਂ ਦੀ ਉਹ ਬਹੁਤ ਔਖੀ ਹੁੰਦੀ ਹੈ ਇੱਕ ਕਹਾਵਤ ਬਣੀ ਹੈ ਕਹਿੰਦੇ ਵੀ ਸੁੱਕੇ ਹੱਡ ਰਗੜੇ ਨਹੀਂ ਜਾਂਦੇ ਤਾਂ ਡਾਈਟ ਦਾ ਕਿਸ ਤਰ੍ਹਾਂ ਸੀ ਸਿਸਟਮ ਕਿਉਂਕਿ ਕਦੇ ਵੀ ਕਿਸੇ ਪਲੇਅਰ ਨੂੰ ਜੇ ਚੰਗੀ ਡਾਈਟ ਜਾਂ ਚੰਗੀ ਸਿੱਖਿਆ ਨਹੀਂ ਮਿਲੂਗੀ ਤਾਂ ਬਹੁਤ ਔਖਾ ਹੋ ਜਾਏਗਾ ਹਾਂਜੀ ਮੈਨੂੰ ਵੀ ਇਹੀ ਚੀਜ਼ ਲੱਗਦੀ ਆ ਪਹਿਲਾਂ ਮੈਨੂੰ ਐ ਲੱਗਦਾ ਹੁੰਦਾ ਸੀਗਾ ਕਿ ਮੈਂ ਬਹੁਤ ਅੱਗੇ ਤੱਕ ਨਿਕਲ ਸਕਦੀ ਆ ਬਟ ਜਦੋਂ ਮੈਂ ਹਾਈ ਲੈਵਲ ਤੇ ਖੇਡਣਾ ਸਟਾਰਟ ਕੀਤਾ ਤਾਂ ਫਿਰ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਕਿ ਹਾਈ ਲੈਵਲ ਤੇ ਜਾਣ ਵਾਸਤੇ ਇੱਕ ਅੱਛੇ ਕੋਚ ਤੇ ਚੰਗੀ ਡਾਈਟ ਦੀ ਜ਼ਰੂਰਤ ਹੁੰਦੀ ਆ ਜਿੰਨਾ ਵਿੱਚੋਂ ਕਿ ਦੋਨਾਂ ਵਿੱਚੋਂ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਸੀਗਾ ਤਾਂ ਕਦੇ ਮਲਾਲ ਆਇਆ ਦਿਲ ਦੇ ਵਿੱਚ ਵੀ ਵੀ ਇਹ 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 ਮੇਰੇ ਨਾਲ ਹੀ ਕਿਉਂ ਹੋ ਰਿਹਾ ਵੀ ਜੇ ਮੈਂ ਕੋਸ਼ਿਸ਼ ਕਰਦੀ ਆ ਮੈਂ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਆ ਵੀ ਮੇਰੇ ਨਾਲ ਹੀ ਕਿਉਂ ਹੋ ਰਿਹਾ ਹਾਂਜੀ ਫਿਰ ਹੁਣ ਕਿਉਂਕਿ ਇਦਾਂ ਸੀਗਾ ਮੈਂ ਇਹ ਚੀਜ਼ਾਂ ਨੂੰ ਕਦੇ 네ਗੈਟਿਵਿਟੀ ਵਿੱਚ ਨਹੀਂ ਲਿਆ ਸੀਗਾ ਮੈਨੂੰ ਆ ਹੀ ਹੁੰਦਾ ਸੀਗਾ ਕਿ ਮੈਂ ਅੱਗੇ ਵਧਣਾਗਾ ਅਗਰ ਮੈਂ ਇਹਨਾਂ ਚੀਜ਼ਾਂ ਬਾਰੇ ਸੋਚੂੰਗੀ ਤਾਂ ਆਈ ਥਿੰਕ ਮੈਂ ਪਿੱਛੇ ਰਹਿ ਜਾਊਂਗੀ ਫਿਰ ਮੈਂ ਇਹ ਚੀਜ਼ਾਂ ਬਾਰੇ ਸੋਚਦੀ ਨਹੀਂ ਹੈਗੀ ਸੀ ਅਗਰ ਮੈਨੂੰ ਕੁਝ ਨਹੀਂ ਮਿਲਦਾ ਸੀਗਾ ਤਾਂ ਫਿਰ ਵੀ ਮੈਨੂੰ ਐਵੇਂ ਹੁੰਦਾ ਸੀਗਾ ਕਿ ਕੁਝ ਨਹੀਂ ਹੁੰਦਾ ਜਿਵੇਂ ਵੀ ਬਸ ਅੱਗੇ ਜਾਣਾ ਮੈਂ ਕੀ ਸੁਪਨਾ ਸੀ ਫਾਦਰ ਸਾਹਿਬ ਦਾ ਮਾਤਾ ਦਾ ਕੀ ਸੁਪਨਾ ਸੀ ਵੀ ਦੇਖਦੇ ਕੀ ਸੀ ਸੁਪਨੇ ਸਤਨ हां ਉਹ ਤਾਂ ਇਹ ਸੋਚਦੇ ਨੇ ਮੇਰੇ ਵਾਸਤੇ ਕਿ ਉਹਨਾਂ ਨੂੰ ਤਾਂ ਐਵੇਂ ਲੱਗਦਾ ਹੈ ਕਿ ਮੈਂ ਬਹੁਤ ਵੱਡੀ ਅਫਸਰ ਆ ਉਹ ਫੋਟੋ ਟੰਗੀਆਂ ਦੇਖਦੇ ਨੇ ਜਦੋਂ ਉਹ ਕਦੀ ਉਹ ਡ੍ਰੀਮ ਲੈਂਦੇ ਨੇ ਤਾਂ ਮੈਨੂੰ ਦੱਸਦੇ ਨੇ ਫਿਰ ਮੈਨੂੰ ਬੋਲਦੇ ਨੇ ਕਿ ਤੂੰ ਕਦੇ ਕੁਝ ਬਣੇਂਗੀ ਬਸ ਮੈਂ ਉਹਨਾਂ ਨੂੰ ਇਹੀ ਬੋਲਦੀ ਆ ਕਿ ਕੋਈ ਗੱਲ ਨਹੀਂ ਮੈਂ ਬਣ ਜੂਗੀ ਕੁਝ ਬਟ ਜੇ ਸਰਕਾਰ ਦੀ ਗੱਲ ਕਰੀ ਜਾਵੇ ਮੈਨੂੰ ਲੱਗਦਾ ਨਿੰਗਾ ਕਿ ਸ਼ਾਇਦ ਉਹਨਾਂ ਦਾ ਡ੍ਰੀਮ ਪੂਰਾ ਹੋ ਸਕਦਾ ਉਹਨਾਂ ਫੋਟੋ ਨੂੰ ਉਹਨਾਂ ਮੈਡਲਾਂ ਨੂੰ ਵੇਖ ਕੇ ਕਦੇ ਇਕੱਲੇ ਬੈਠ ਕੇ ਸੋਚਦੇ ਕੀ ਹੋਂ ਉਸ ਟਾਈਮ ਵੀ ਵੀ ਆ ਮੈਡਲ ਬਹੁਤ ਨੇ ਫੋਟੋਆਂ ਬਹੁਤ ਨੇ ਹਾਂਜੀ ਉਹਨਾਂ ਫੋਟੋਸ ਨੂੰ ਦੇਖ ਕੇ ਇਹ ਚੀਜ਼ ਲੱਗਦੀ ਆ ਕਿ ਜਦੋਂ ਮੈਂ ਕੋਈ ਵੀ ਇਵੈਂਟ ਕਰਦੀ ਆ ਤਾਂ ਬਹੁਤ ਵਧੀਆ ਲੱਗਦਾ ਮੈਨੂੰ ਰੇਸ ਲਗਾਉਣਾ ਪੜਨਾ ਹਰ ਇੱਕ ਚੀਜ਼ ਬਹੁਤ ਇੰਪੋਰਟੈਂਸ ਆ ਮੇਰੀ ਲਾਈਫ ਸਟ੍ਰੋਨ ਸਾਰੀਆਂ ਚੀਜ਼ਾਂ ਦੀ ਬਟ ਕਦੇ ਕਦੇ ਇਹ ਚੀਜ਼ ਲੱਗਦੀ ਆ ਕਿ ਸ਼ਾਇਦ ਉਹ ਇੰਨਾ ਕੁਝ ਕਰਨਾ ਵੀ ਕੁਝ ਵੀ ਨਹੀਂ ਹੈਗਾ ਮੇਰੇ ਕੋਲ ਰੋਜ਼ ਦੇਖਦੇ ਹੋ ਵੱਡੇ ਵੱਡੇ ਪਲੇਅਰ ਜਦੋਂ ਜਿੱਤ ਕੇ ਆਉਂਦੇ ਨੇ ਸਮਾਨਤ ਕੀਤਾ ਜਾਂਦਾ ਹੈ ਉਹਨਾਂ ਨੂੰ ਵੱਡੀਆਂ ਨੌਕਰੀਆਂ ਨਾਲ ਨਵਾਜਿਆ ਜਾਂਦਾ ਤਾਂ ਸੁਪਨਾ ਹੈ ਵੀ ਉਸ ਪਲੇਅਰ ਵਰਗਾ ਬਣ ਜਾਈਏ ਤਾਂ ਸ਼ਾਇਦ ਲੱਗਦਾ ਵੀ ਉਹਨਾਂ ਦੇ ਸਮੇਂ ਦੇ ਵਿੱਚ ਮੈਂ ਵੀ ਕੁਝ ਵੱਡ ਕੇ ਦਿਖਾ ਸਕਦੇ ਹੁੰਦੇ ਪੇਰੈਂਟਸ ਲਈ ਹਾਂਜੀ ਖੁਸ਼ੀ ਤਾਂ ਬਹੁਤ ਹੁੰਦੀ ਹੈ ਸਾਰਿਆਂ ਨੂੰ ਦੇਖ ਕੇ ਪਰ ਗੱਲ ਇਹ ਆ ਨਾ ਕਿ ਪੋਸੀਬਲ ਨਹੀਂ ਹੈਗਾ ਕਿਉਂਕਿ ਜੇ ਦੇਖਿਆ ਜਾਵੇ ਡਾਈਟ ਨੂੰ ਲੈ ਕੇ ਜਾਂ ਇੱਕ ਚੰਗੀ ਫੀਲਡ 'ਸ ਜਾਣ ਵਾਸਤੇ ਪੈਸੇ ਦੀ ਲੋੜ ਆ ਤੇ ਉਹ ਮੇਰੇ ਨਾਈ ਦਾ ਮੈਨੇਜ ਕੀ ਹੈਗੀਆਂ ਜਿੰਨੇ ਜੋਗੀ ਹੈਗੀਆਂ ਮੈਂ ਕਰਨੀ ਆ ਬਾਕੀ ਮੇਰੇ ਪੇਰੈਂਟਸ ਵਿਚਾਰੀ ਇਹਨੇ ਜੋਗੇ ਹੈ ਨਹੀਂ ਕਿ ਉਹ ਮੈਨੂੰ ਇੰਨਾ ਜ਼ਿਆਦਾ ਸਪੋਰਟ ਕਰ ਸਕਣ ਕਿ ਮੈਂ ਇੱਕ ਹਾਈ ਲੈਵਲ ਤੇ ਪਲੇਅਰ ਬਣ ਸਕਾਂ ਜਾਂ ਮੈਂ ਐਨਾ ਬਾਹਰ ਅੰਦਰ ਜਾ ਕੇ ਪ੍ਰੈਕਟਿਸ ਵੀ ਕਰ ਸਕਾਂ ਤੁਹਾਡੀ ਪੜ੍ਹਾਈ ਕਿਸ ਤਰ੍ਹਾਂ ਹੋਈ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਦੀ ਹਾਂਜੀ ਪਹਿਲਾਂ ਇਦਾਂ ਸੀਗਾ ਪਹਿਲਾਂ ਤਾਂ ਸਕੂਲ ਲੈਵਲ ਤੇ ਸਟੱਡੀ ਹੁੰਦੀ ਸੀ ਉਹਦਾ ਚਲੋ ਐਨਾ ਖਰਚਾ ਨਹੀਂ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਪੱਠੇ ਤੇ ਕੰਮ ਕਰਦੇ ਹੁੰਦੇ ਸੀਗੇ ਜਿੱਦਾਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਤਾਂ ਮੈਂ ਝੁਣ ਨਹੀਂ ਲਗਾਉਂਦੀ ਸੀਗੀ ਤੇ ਜਦੋਂ ਸਾਨੂੰ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਤੇ ਅਸੀਂ ਪੱਠੇ ਤੇ ਕੰਮ ਕਰਦੇ ਹੁੰਦੇ ਸੀ ਕਈ-ਕਈ ਵਾਰ ਇਦਾਂ ਹੁੰਦਾ ਸੀਗਾ ਕਿ ਅਸੀਂ ਸ਼ਾਮ ਨੂੰ ਕੰਮ ਕਰਨ ਲੱਗਦੇ ਸੀਗੇ ਸਾਰੀ ਰਾਤ ਵੀ ਲੰਘ ਜਾਂਦੀ ਸੀਗੀ ਤੇ ਅਸੀਂ ਰਾਤ ਵਾਲੀ ਰੋਟੀ ਵੀ ਸ ਉਦੋਂ ਫਿਰ ਕਿਸਮਤ ਨਾਲ ਜਿਹੜੀ ਲੜਾਈ ਆ ਉਹ ਹਜੇ ਤੱਕ ਚੱਲ ਰਹੀ ਆ ਉਦੋਂ ਦੀ ਹਾਂਜੀ ਉਦੋਂ ਤੋਂ ਹੀ ਲੈ ਕੇ ਚੱਲ ਰਹੀ ਆ ਲੜਾਈ ਤੇ ਸੋਚਦੀ ਆਂ ਕਿ ਸ਼ਾਇਦ ਇੰਨੀ ਮਿਹਨਤ ਸ਼ਾਇਦ ਮੈਂ ਬਹੁਤ ਘੱਟ ਮਿਹਨਤ ਕਰੀ ਆ ਅਗਰ ਮੈਂ ਕਿਸੇ ਜੌਬ ਬਾਰੇ ਸੋਚਦੀ ਆਂ ਤਾਂ ਸ਼ਾਇਦ ਹਲੇ ਮੈਂ ਉਸ ਕਾਬਿਲ ਨਹੀਂ ਹੈਗੀ ਹਲੇ ਆਪਣੇ ਆਪ ਨੂੰ ਹੀ ਮੈਂ ਇਹ ਚੀਜ਼ ਸੋਚਦੀ ਆਂ ਤੇ ਬਸ ਕਿ ਮਿਹਨਤ ਕਰਦੀ ਰਹੂੰਗੀ ਮੈਂ ਬੀਬੀਐਡ ਸ਼ੁਰੂਆਤ ਕੀਤੀ ਤਾਂ ਹੁਣ ਕਿੱਥੇ ਜੇ ਖੜੀ ਆਂ ਹਾਂਜੀ ਬੀਪੀਅਰ ਦਾ ਮੇਰਾ ਫਸਟイヤー ਹੋ ਗਿਆ ਕਿਉਂਕਿ ਪਹਿਲਾਂ ਇਦਾਂ ਸੀਗਾ ਮੈਂ ਕੈਸ਼ ਪਹਿਲਾਂ ਮੈਂ ਸੋਚ ਹੀ ਲਿਆ ਸੀਗਾ ਜਦੋਂ ਮੈਂ ਕੈਸ਼ ਪ੍ਰਾਈਜ਼ ਵਾਲੇ ਕੰਪੀਟੀਸ਼ਨ ਖੇਡਨੇ ਸਟਾਰਟ ਕਰੇ ਸੀ ਤੇ ਉਸ ਤੋਂ ਮੈਂ ਆਪਦੇ ਘਰ ਦੇ ਆਂਦੀ ਪੇਰੈਂਟਸ ਦੀ ਵੀ ਕਾਫੀ ਹੈਲਪ ਕਰਦੀ ਹੁੰਦੀ ਸੀ ਮੇਰੇ ਪੇਰੈਂਟਸ ਵੀ ਕਾਫੀ ਹੈਪੀ ਸੀਗੇ ਮੇਰੇ ਤੋਂ ਕਿ ਚਲੋ ਮੈਂ ਕੁਛ ਤਾਂ ਕਰਦੀ ਆ ਹਨਾ ਉਸ ਤੋਂ ਬਾਅਦ ਫਿਰ ਮੈਨੂੰ ਇਹ ਚੀਜ਼ ਲੱਗਣ ਮੈਂ ਚਾਹੁੰਦੀ ਸੀਗੀ ਬੀਐਸਸੀ ਤੋਂ ਬਾਅਦ ਵੀ ਕਿ ਮੈਂ ਐਮਐਸਸੀ ਕਰਾਂ ਤੇ ਐਮਐਸਸੀ ਤਾਂ ਮੇਰੀ ਹੋਈ ਨਹੀਂ ਕਿਉਂਕਿ ਲਾਕਡਾਊਨ ਤੋਂ ਬਾਅਦ ਐਵੇਂ ਲੱਗਦਾ ਸੀਗਾ ਕਿ ਸਾਰੀ ਕਿਤੇ ਫੁੱਲ ਸਟਾਪ ਜੀ ਹੋ ਗਈਆਂ ਮੇਰੇ ਵਾਸਤੇ ਉਸ ਤੋਂ ਬਾਅਦ ਫਿਰ ਮੈਨੂੰ ਇਹ ਚੀਜ਼ ਫੀਲ ਹੋਣ ਲੱਗੀ ਵੀ ਨਹੀਂ ਜਦੋਂ ਮੈਂ ਕੈਸ਼ ਪ੍ਰਾਈਜ਼ ਵਾਲੇ ਕੰਪੀਟੀਸ਼ਨ ਖੇਡਣ ਲੱਗੀ ਤਾਂ ਮੈਨੂੰ ਲੱਗਣ ਲੱਗਿਆ ਕਿ ਮੈਂ ਆਪਦੀ ਸਟੱਡੀ ਆਪਣੇ ਪ ਹਲਪ ਨਹੀਂ ਕਰ ਸਕਦੀ ਮੇਰੇ ਮਦਰ ਅੱਜ ਤੋਂ 1 ਸਾਲ ਪਹਿਲਾਂ ਹੀ 2 ਸਾਲ ਪਹਿਲਾਂ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀਗੇ ਉਹਨਾਂ ਨੂੰ ਮੇਰੇ ਪਾਪਾ ਨੂੰ ਇਹ ਸੀ ਉਹਨਾਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤਾਂ ਮੇਰੇ ਮਮਾ ਨੂੰ ਨਾ ਪੈਰਾਲਾਈਸ ਦੀ ਪ੍ਰੋਬਲਮ ਸੀਗੀ ਬਟ ਸਾਨੂੰ ਨਹੀਂ ਪਤਾ ਹੈਗਾ ਸੀਗਾ ਤੇ ਮੇਰੇ ਪਾਪਾ ਨੂੰ ਜਦੋਂ ਉਹਨਾਂ ਨੂੰ ਲੱਗਿਆ ਕਿ ਮੰਮੀ ਨੂੰ ਪੈਰਾਲਾਈਸ ਤੇ ਪਾਪਾ ਉਹਨਾਂ ਨੂੰ ਉੱਥੇ ਲੈ ਗਏ ਸੀ ਹਸਪੀਟਲ 'ਚ ਉਹ ਡਾਕਟਰ ਨੂੰ ਪਤਾ ਨਹੀਂ ਲੱਗਿਆ ਕਿ ਉਹਨਾਂ ਨੂੰ ਪੈਰਾਲਾਈਸ ਆ ਜਾਂ ਕੁਝ ਹੋਰ ਬਟ ਉਹਨਾਂ ਦੇ ਬ੍ਰੇਨ ਨੂੰ ਕੋਈ ਪ੍ਰੋਬਲਮ ਹੋਈ ਸੀਗੀ ਉੱਥੇ ਸਾਡੇ ਬਹੁਤ ਜ਼ਿਆਦਾ ਪੈਸੇ ਲੱਗੇ ਉਹ ਉਸ ਤੋਂ ਬਾਅਦ ਅਸੀਂ ਕਦੇ ਮੈਨੂੰ ਲੱਗਦਾ ਉਹਦੀ ਰੋਟੀ ਵੀ ਨਹੀਂ ਬਣੀ ਹੈਗੀ ਤਾਂ ਜਿਵੇਂ ਜਿਵੇਂ ਪੜ੍ਹਾਈ ਵਾਸਤੇ ਪੈਸਿਆਂ ਦੀ ਲੋੜ ਹੁੰਦੀ ਹੈ ਹਾਂਜੀ ਮਿਲ ਜਾਂਦੇ ਸੌਕੇ ਹੋ ਜਾਂਦਾ ਇਸ ਟਾਈਮ ਗੁਜ਼ਾਰਾ ਉਹ ਨਹੀਂ ਜੀ ਬਹੁਤ ਜ਼ਿਆਦਾ ਔਖਾਗਾ ਕਦੀ ਕਦੀ ਤਾਂ ਮੈਨੂੰ ਐਵੇਂ ਲੱਗਦਾ ਹੁੰਦਾ ਹੈ ਕਿ ਮੇਰੀ ਸਟੱਡੀ ਵੀ ਸ਼ਾਇਦ ਮੈਂ ਇੰਨੇ ਕੇ ਪੈਸਿਆਂ ਨਾਲ ਸਾਰਾ ਟਾਈਮ ਨਹੀਂ ਗਾੜ ਸਕਦੀ ਕਿਉਂਕਿ ਮੇਰੀ ਹੋਸਟਲ ਦੀ ਜਿਹੜੀ ਫੀਸ ਆ ਜਾਂਦੀ ਆ ਹੋਸਟਲ ਦੀ ਫੀਸ ਭਰਨੀ ਹੁੰਦੀ ਉਸ ਤੋਂ ਬਾਅਦ ਮੈਸ ਬੈਲ ਜਿਹੜਾ ਮੈਂ ਮੰਥਲੀ ਭਰਨਾ ਹੁੰਦਾਗਾ ਉਹ ਬਹੁਤ ਸਾਰਾ ਔਖਾ ਹੈ ਕਿਉਂਕਿ ਪਹਿਲਾਂ ਮੈਂ ਕੰਪੀਟੀਸ਼ਨ ਖੇਡਦੀ ਸੀ ਉਹਦੇ ਕਰਕੇ ਬਹੁਤ ਈਜ਼ੀ ਹੁੰਦਾ ਸੀ ਮੈਨੂੰ ਬਟ ਹੁਣ ਮੈਂ ਕੰਪੀਟੀਸ਼ਨ ਵੀ ਨਹੀਂ ਖੇਡ ਰਹੀ ਤਾਂ ਮੈਂ ਜਿਹੜੇ ਜਿਹੜੇ ਲਾਂਕੇ ਗਏ ਨੇ ਮੰਥ ਮੈਂ ਬਹੁਤ ਔਖੀ ਹੋ ਕੇ ਕੱਟਿਆਗਾ ਕਈ ਕਈ ਦਿਨ ਤਾਂ ਇਹੋ ਜਿਹੇ ਹੁੰ ਸੀ ਤਾਂ ਕਿ ਮੇਰੀ ਮੈਸਜ ਦਾ ਬਿੱਲ ਚਾਦਾ ਨਾ ਜਾਵੇ ਅੱਛਾ ਵੀ ਮਤਲਬ ਮੈਸਜ ਦੇ ਬਿੱਲ ਕਰਕੇ ਰੋਟੀ ਛੱਡ ਦੇਣੀ ਹਾਂ ਹਾਂਜੀ ਇਹ ਚੀਜ਼ਾਂ ਵੀ ਹੋਈਆਂ ਮੇਰੇ ਨਾਲ ਤੇ ਸਾਰੇ ਬੱਚੇ ਘਰ ਚਲੇ ਜਾਂਦੇ ਹੁੰਦੇ ਸੀ ਮੈਂ ਕਦੀ ਘਰ ਵੀ ਨਹੀਂ ਗਈ ਹੈਗੀ ਸੀ ਕਿ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹੁੰਦੇ ਸੀ ਉਹ ਗੱਲਾਂ ਯਾਦ ਕਰਕੇ ਪੁਰਾਣੀਆਂ ਜਿਹੜੀਆਂ ਗੱਲਾਂ ਯਾਦ ਕਰਦੇ ਹਾਂ ਤਾਂ ਕਦੇ ਕਦੇ ਇਹ ਇਹ ਚੀਜ਼ ਵੇਲਾ ਬਣ ਜਾਂਦਾ ਉਹ ਵੀ ਵੀ ਮੈਂ ਇਹਨਾਂ ਵਰਗੀ ਕਿਉਂ ਨਹੀਂ ਹਾਂ ਜੀ ਇਹ ਚੀਜ਼ਾਂ ਫੀਲ ਹੁੰਦੀਆਂ ਕਿਉਂਕਿ ਇੱਕ ਵਾਰ ਮੈਂ ਬਹੁਤ ਬਿਮਾਰ ਹੋ ਗਈ ਸੀ ਤਾਂ ਮੇਰੇ ਰੂਮ ਮੇਟਸ ਵੀ ਸਾਰੇ ਚਲੇ ਗਏ ਸੀਗੇ ਤੇ ਮੈਂ ਇਕੱਲੀ ਰਹਿ ਗਈ ਸੀ ਤਾਂ ਮੈਨੂੰ ਉਹ ਚੀਜ਼ਾਂ ਬਹੁਤ ਫੀਲ ਹੁੰਦੀਆਂ ਸ਼ਾਇਦ ਆਨ ਲੱਗਦਾ ਕਿ ਸ਼ਾਇਦ ਕੁਝ ਚੰਗਾ ਹੋਣਾ ਚਾਹੀਦਾ ਸੀ ਮੇਰੇ ਨਾਲ ਤੇ ਕੋਈ ਗੱਲ ਨਹੀਂ ਕੁੜੀਆਂ ਹੌਸਲਾ ਰੱਖੋ ਵੀ ਕਦੇ ਸੋਚਿਆ ਵੀ ਹੁਣ ਵੀ ਇਹ ਜਿਹੜੀ ਰੇਸ ਹੈ ਇਹ ਰੇਸ ਰੁਕਣੀ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵਧਦਾ ਹੀ ਰਹਿਣਾ ਹਾਂਜੀ ਇਹ ਤਾਂ ਸੋਚਿਆ ਹੀ ਹੈਗਾ ਪਰ ਮੈਨੂੰ ਹੁਣ ਇਹ ਚੀਜ਼ ਫੀਲ ਹੁੰਦੀ ਹੈ ਕਿ ਮੈਂ ਇੱਕ ਚੰਗੇ ਲੈਵਲ ਤੇ ਚੰਗੀ ਪਲੇਅਰ ਨਹੀਂ ਬਣ ਸਕਦੀ ਜੋ ਡ੍ਰੀਮ ਮੇਰਾ ਸੀ ਤਾਂ ਤਾਂ ਜਦੋਂ ਜਦੋਂ ਇਨਾਮ ਮਿਲਦੇ ਨੇ ਅੱਗੇ ਰੇਸ ਤੇ ਅੱਗੇ ਜਾਣੇ ਉਹ ਦੇਸ਼ ਦਾ ਝੰਡਾ ਲਹਿਰਾਉਣ ਦੀ ਜਿਹੜੀ ਆਸ ਹੈਗੀ ਹੈ ਵੀ ਜੇ ਮੈਂ ਅੱਗੇ ਵਧਾਂ ਤਾਂ ਮੈਂ ਦੇਸ਼ ਦਾ ਝੰਡਾ ਜਿਹੜਾ ਉਹ ਨੈਸ਼ਨਲ ਲੈਵਲ ਤੇ ਅੱਗੇ ਲੈ ਕੇ ਜਾਵਾਂ ਹਾਂਜੀ ਜਿਸ ਟਾਈਮ ਮੈਂ ਸਟੇਟ ਲੈਵਲ ਖੇਡੀ ਸੀ ਤਾਂ ਮੈਂ ਪਹਿਲਾਂ ਦੋ ਸਟੇਟਸ ਛੇੜ ਚੁੱਕੇ ਸੀ ਜਿੰਨਾ ਵਿੱਚ ਮੇਰਾ ਮੈਡਲ ਨਹੀਂ ਹੈਗਾ ਸੀਗਾ ਜਦੋਂ ਮੈਂ ਤੀਸਰੀ ਵਾਰ ਮੈਂ ਬਹੁਤ ਮਿਹਨਤ કરી ਸੀ ਤਾਂ ਮੈਂ ਸੋਚਿਆ ਸੀਗਾ ਕਿ ਉਸ ਟਾਈਮ ਮੇਰੀ ਇੰਜਰੀ ਹੋ ਗਈ ਸੀ ਬਹੁਤ ਬੁਰੀ ਤਰ੍ਹਾਂ ਇੰਜਰੀ ਹੋ ਗਈ ਸੀ ਮੇਰੇ ਪਰ ਪ੍ਰੈਕਟਿਸ ਮੈਂ ਫਿਰ ਇੱਕ ਹਫਤਾ ਪ੍ਰੈਕਟਿਸ ਛੱਡੀ ਸੀ ਤਾਂ ਕਿ ਡਾਕਟਰ ਨੇ ਮੈਨੂੰ ਇਹ ਚੀਜ਼ ਕਹਤੀ ਸੀ ਕਿ ਅਗਰ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਇੰਨਾ ਕੁ ਜ਼ਿਆਦਾ ਪ੍ਰੋਬਲਮ ਵੱਧ ਸਕਦੀ ਆ ਕਿ ਤੁਹਾਨੂੰ 2 ਸਾਲ ਵਾਸਤੇ ਵੀ ਰੈਸਟ ਦੇ ਜਾਣਾ ਪੈ ਸਕਦਾਗਾ ਤੇ ਫਿਰ ਮੈਂ ਪ੍ਰੈਕਟਿਸ ਛੱਡਤੀ ਸੀ ਉਸ ਤੋਂ ਬਾਅਦ 20 ਦਿਨ ਬਾਅਦ ਹੀ ਮੇਰੀ ਸਟੇਟ ਸੀ ਜਿਹਦੇ ਵਿੱਚ ਕਿ ਮੈਂ ਸਟਿਪਲ ਚੇਂਜਸ ਪਰ ਜੀ ਸੀਗੀ ਕਿੰਨੀ ਕਿੰਨਾ ਹੁਣ ਤੁਸੀਂ ਇੱਥੇ ਛੋਨਾ ਲਾ ਰਹੇ ਹੋ ਤਾਂ ਕਿੰਨੀ ਕੁ ਦਿਹਾੜੀ ਜਿਹੜੀ ਬਣ ਜਾਂਦੀ ਹੈ ਜੇ ਮੈਂ ਇੱਕ ਦਿਨ ਦੀ ਨਾਰਮਲ ਹੀ ਗੱਲ ਕਰਾਂ ਹਾਂਜੀ ਬਸ 3 350 ਬਸ ਇਤੋਂ ਤੱਕ ਦੀ ਰੇਂਜ ਆ ਬਟ ਫਿਰ ਵੀ ਇਹ ਪੂਰੀ ਹੋ ਜਾਣੀ ਹੈ ਮੈਂ ਸੁਣਿਆ ਕਹਿੰਦੇ ਵੀ ਫੀਸ ਵਾਵਾ ਭਰਨ ਵਾਲੀ ਰਹਿੰਦੀ ਹੈ ਕਿੰਨੀ ਕੀ ਫੀਸ ਰਹਿੰਦੀ ਹੈ ਹਜੇ ਭਰਨ ਵਾਲੀ ਮੇਰੀ ਫੀਸ ਮੇਰੀ ਜਿਹੜਾ ਨੇਅਰ ਲੰਘ ਕੇ ਗਿਆਗਾ ਹੁਣ ਮੇਰੇ ਫਸਟ ਇਅਰ ਦੀ ਵੀ ਪੈਂਡਿੰਗ ਹੈ ਫੀਸ ਤੇ ਉਹ ਫੀਸ ਮੈਂ ਭਰੀ ਨਹੀਂ ਹੈ ਜੀ ਟੋਟਲ ਕਿੰਨੀ ਕੀ ਰਹਿੰਦੀ ਹੈ ਜੀ ਉਹਦੀ ਕਾਫੀ ਪਈਆਂ 10000 ਪਈ ਹੈ ਮੇਰੀ ਫੀਸ ਪਿਛਲੀ ਭਰਨ ਵਾਲੀ ਜਿੱਦਾਂ ਕਿ ਹੁਣ ਮੈਂ 14000 ਹੋਸਟਲ ਦੀ ਫੀਸ ਭਰਨੀ ਹੈਗੀ ਫਿਰ 12500 ਫਿਰ ਮੇਰੀ ਐਡਮਿਸ਼ਨ ਫੀਸ ਆ ਚੁਗੀ ਅੱਛਾ ਤੇ ਇਹਦਾ ਮਤਲਬ ਹਜੇ ਤੱਕ ਸਟ੍ਰਗਲ ਕਰਨਾ ਪੈਣਾ ਫਿਰ ਇਹਦਾ ਝੋਨੇ ਨਾਲ ਹੋ ਜਾਣੇ ਪੂਰੇ ਨਹੀਂ ਜੀ ਝੋਨੇ ਨਾਲ ਤਾਂ ਨਹੀਂ ਹੋਣਗੇ ਬਟ ਮੈਨੂੰ ਮੈਂ ਚਾਹੁੰਦੀ ਨਹੀਂ ਕਿ ਮੈਂ ਸਟੱਡੀ ਛੱਡਦਾ ਮੈਨੂੰ ਆਇਆ ਕਿ ਕਿਵੇਂ ਵੀ ਕਰਕੇ ਮੈਂ ਉਹਨੇ ਪੈਸੇ ਇਕੱਠੇ ਕਰਾਂ ਤਾਂ ਕਿ ਕਿਸੇ ਵੀ ਤਰ੍ਹਾਂ ਮੇਰੀ ਜਿਹੜੀ ਮੈਂ ਜੋ ਵੀ ਆਪਣੀ ਸਟੱਡੀ ਕੰਟੀਨਿਊ ਕਰੀ ਉਹ ਸਟਾਪ ਨਾ ਹੋਵੇ ਮੈਂ ਤਾਂ ਬੰਦ ਕਰਨੀ ਪੈਂਦੀ ਹੋਣੀ ਆ ਫਿਰ ਮੈਨੂੰ ਲੱਗਦਾ ਕਿਉਂਕਿ ਕਦੇ ਕਹਿ ਨਹੀਂ ਦਿੰਦੇ ਵੀ ਜਿਵੇਂ ਮੈਂ ਦੇਖਿਆ ਵੀ ਇਹ ਸਾਰੇ ਵੱਡੇ ਨੇ ਤੁਹਾਡੇ ਤੋਂ ਤੁਸੀਂ ਛੋਟੇ ਹੋ ਇਹਨਾਂ ਚ ਸਾਰੇ ਕਦੇ ਲੰਬਾ ਦਿੱਤਾ ਨਹੀਂ ਵੀ ਤੁਸੀਂ ਛੋਟੀਆਂ ਕੁੜੀਆਂ ਹਾਂ ਨਹੀਂ ਇਹਨਾਂ ਨੇ ਮੈਨੂੰ ਕਦੀ ਐਵੇਂ ਨਹੀਂ ਕਿਹਾ ਹੈਗਾ ਸਾਰੇ ਬਹੁਤ ਚੰਗੇ ਨੇ ਵਧੀਆ ਬਿਹੇਵੀਅਰ ਨਾਲ ਰਹਿੰਦੇ ਨੇ ਮੇਰੇ ਨਾਲ ਉਦਾਂ ਮੈਨੂੰ ਕਦੀ ਵੀ ਇਹਨਾਂ ਨੇ ਇਹ ਵੀ ਫੀਲ ਨਹੀਂ ਹੋਣ ਦਿੱਤਾ ਕਿ ਮੈਂ ਕਿਤੇ ਹੋਰ ਰਹਿ ਰਹੀ ਆ ਹਮੇਸ਼ਾ ਵਧੀਆ ਚੰਗੇ ਤਰੀਕੇ ਨਾਲ ਰਹਿੰਦੇ ਨੇ ਮੇਰੇ ਨਾਲ ਸਾਰੇ ਤਾਂ ਹੁਣ ਸੁਪਨਾ ਕੀ ਹੈ ਸੁਪਨਾ ਦਿਲ ਦਾ ਇੱਕ ਵੱਡਾ ਹੁੰਦਾ ਹੁੰਦੀ ਆ ਆਸ ਹੁੰਦੀ ਆ ਸੁਪਨਾ ਕੀ ਬਣਾ ਕੇ ਰੱਖਿਆ ਹਾਂਜੀ ਸੁਪਨਾ ਤਾਂ ਇਹੀ ਸੀਗਾ ਕਿ ਮੈਂ ਬਹੁਤ ਹਾਈ ਲੈਵਲ ਤੇ ਖੇਡਾਂ ਹਨ ਸਾਰੇ ਲੋਕ ਮੈਨੂੰ ਜਾਣਨ ਵੀ ਮੈਂ ਵੀ ਕੁਝ ਚੀਜ਼ ਹੈਗੀ ਆਂਗੀ ਇਹ ਇਹ ਡ੍ਰੀਮ ਸੀਗਾ ਮੇਰਾ ਚੰਗਾ ਕੁਝ ਤੇ ਚੰਗੀ ਡਾਈਟ ਮਿਲੇ ਤਾਂ ਅੱਜ ਵੀ ਫਿਰ ਰੇਸ ਜਿੱਤੀ ਜਾਏਗੀ ਆਹ ਹਾਂਜੀ ਇਹ ਮੈਨੂੰ ਲੱਗਦਾ ਕਿਉਂਕਿ ਮੇਰਾ ਡ੍ਰੀਮ ਸੀਗਾ ਮੈਂ ਇਹਨੂੰ ਹਰ ਕਿੰਤੇ ਪੂਰਾ ਕਰਨਾ ਚਾਹੁੰਨੀ ਆ ਬਟ ਹੁਣ ਮੇਰੀ ਇਸ ਵੀ ਕਾਫੀ ਹੋ ਗਿਆ ਤੇ ਮੈਂ ਨਾ ਪਹਿਲਾਂ ਹੀ ਬਹੁਤ ਜ਼ਿਆਦਾ ਹਾਰਡ ਵਰਕ ਕਰ ਚੁੱਕੀ ਹਾਂ ਕਿਉਂਕਿ ਪਹਿਲਾਂ ਅਸੀਂ ਪੱਠੇ ਦਾ ਕੰਮ ਕਰਦੇ ਸੀਗੇ ਨੈਕਸਟ ইয়ার ਹੀ ਮੈਂ ਮੇਰੇ ਪਾਪਾ ਨੂੰ ਕਿਹਾ ਕਿਉਂਕਿ ਉਹਨਾਂ ਤਾਂ ਵੀ ਕੰਮ ਨਹੀਂ ਹੁੰਦਾ ਉਹਨਾਂ ਦੀ ਵੀ ਇਸ ਦੇ ਅਕੋਰਡਿੰਗ ਹੁਣ ਉਹਨਾਂ ਦਾ ਤਾਂ ਕੰਮ ਹੋ ਨਹੀਂ ਰਿਹਾ ਹੈਗਾ ਫਿਰ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਜਿੰਨਾ ਤੁਹਾਡੇ ਤੋਂ ਕੰਮ ਹੁੰਦਾ ਤੁਸੀਂ ਉਹਨਾਂ ਕਰੋ ਕੋਈ ਗੱਲ ਨਹੀਂ ਮੈਂ ਪੜ੍ਹੋ ਲਿਖੂੰਗੀ ਆਪਣੀ ਮਿਹਨਤ ਕਰੂੰਗੀ ਕੋਈ ਗੱਲ ਨਹੀਂ ਮੈਂ ਜੌਬ ਲੱਗੂੰਗੀ ਚਲੋ ਗਵਰਨਮੈਂਟ ਜੌਬ ਨਹੀਂ ਤਾਂ ਮੈਨੂੰ ਇਹ ਆ ਕਿ ਮੈਂ ਪ੍ਰਾਈਵੇਟ ਜੌਬ ਕਰਨ ਦੇ ਕ ਉਹਨਾਂ ਨੇ ਮੈਨੂੰ ਇੰਨਾ ਪਾਲਿਆ ਉਹਨਾਂ ਨੇ ਮੇਰੇ ਲਈ ਇੰਨਾ ਕੁਛ ਕੀਤਾ ਉਹਨਾਂ ਨੇ ਮੈਨੂੰ ਇੰਨੀ ਫ੍ਰੀडम ਬਖਸ਼ੀਆ ਕਿ ਮੈਂ ਆਪਦੇ ਮਰਜ਼ੀ ਨਾਲ ਕਿਤੇ ਵੀ ਆ ਜਾ ਸਕਦੀ ਆ ਤਾਂ ਫਿਰ ਮੇਰਾ ਹੱਕ ਬਣਦਾ ਕਿ ਮੈਂ ਉਹਨਾਂ ਨੂੰ ਚੱਲੋ ਕੁਝ ਟਾਈਮ ਲਈ ਹੀ ਸਹੀ ਉਹਨਾਂ ਨੇ ਮੈਂ ਚੰਗੀ ਰੋਟੀ ਦਾ ਖਵਾ ਸਕਾਂ ਜਿਹੜਾ ਬੂਟਾ ਜਦੋਂ ਧਰਤੀ ਦੀ ਹਿੱਕ ਦੇ ਵਿੱਚ ਲਾਉਨੇ ਹੋ ਇੱਕ ਪਾਸੇ ਕਿਸਾਨ ਦਾ ਸੁਪਨਾ ਹੁੰਦਾ ਤੇ ਇੱਕ ਪਾਸੇ ਕਿਰਤੀ ਦਾ ਸੁਪਨਾ ਹੁੰਦਾ ਤਾਂ ਕਿਰਤੀ ਇੱਕ ਆਪਦੇ ਗੁਜ਼ਾਰੇ ਦੇ ਲਈ ਸੁਪਨੇ ਲੈ ਕੇ ਤੁਰਦਾ ਤਾਂ ਹੁਣ ਇਹ ਲੱਗਦਾ ਵੀ ਸੁਪਨੇ ਝੋਨੇ ਲਾ ਕੇ ਪੂਰੀ ਹੋ ਜਾਣਗੇ ਨਹੀਂ ਜੀ ਐਡੇ ਵੱਡੇ ਸੁਪਨੇ ਉਹ ਨਹੀਂ ਪੂਰੇ ਹੋ ਸਕਦੇ ਛੁਣਾ ਲਾ ਕੇ ਬਸ ਕੰਡੀਸ਼ਨਸ ਨੇ ਕਿ ਮੈਂ ਉਹਨਾਂ ਨੂੰ ਫੇਸ ਕਰ ਰਹੀ ਆ ਤਾਂ ਹੁਣ ਹੁਣ ਹੌਸਲਾ ਹੈਗਾ ਹਜੇ ਜੇ ਲੜਨ ਜੇ ਕਿਸਮਤ ਹਜੇ ਲੜਾਈ ਰੱਖੂਗੀ ਜਾਰੀ ਤਾਂ ਲੜੋਂਗੇ ਹਾਂਜੀ ਲੜੂੰਗੀ ਤਾਂ ਸਹੀ ਕਿਉਂਕਿ ਮੈਂ ਇਹ ਸੋਚ ਕੇ ਚੱਲਦੀ ਆ ਕਿ ਬਾਈ ਚਾਂਸ ਅਗਰ ਮੈਂ ਕੁਝ ਬਣ ਜਾਨੀ ਆ ਤਾਂ ਮੈਨੂੰ ਕਦੀ ਇਹ ਚੀਜ਼ ਫੀਲ ਮੈਨੂੰ ਇਹ ਚੀਜ਼ ਨਹੀਂ ਫੀਲ ਹੋ ਗਈ ਕਿ ਕਿਸੇ ਵੀ ਤਰ੍ਹਾਂ ਮੈਂ ਪਿੱਛੇ ਰਹਿ ਗਈ ਅਗਰ ਮੈਂ ਪਿੱਛੇ ਰਹਿ ਵੀ ਜਾਊਂਗੀ ਤਾਂ ਮੈਨੂੰ ਕਦੀ ਇਹ ਚੀਜ਼ ਨਾ ਫੀਲ ਹੋਵੇ ਕਿ ਮੈਂ ਕਦੇ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੀ ਕਰਨਾ ਪੇਰੈਂਟਸ ਦੇ ਪੈਰੈਂਟਸ ਲਈ ਮੈਂ ਹਰ ਇੱਕ ਖੁਸ਼ੀ ਦਵਾਂਗੀ ਉਹਨਾਂ ਨੂੰ ਮੇਰਾ ਡ੍ਰੀਮ ਸੀ ਮੇਰੇ ਪੈਰੈਂਟਸ ਨੇ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਕੁਝ ਬਣ ਜੂਗੀ ਤਾਂ ਆਪਾਂ ਬੈਠਿਆ ਕਰਾਂਗੇ ਤਾਂ ਆਪਾਂ ਇਹ ਗੱਲਾਂ ਕਰਿਆ ਕਰਾਂਗੇ ਕਿ ਸਾਡੇ ਵੀ ਦਿਨ ਕਦੀ ਐਹੋ ਜਿਹੇ ਹੁੰਦੇ ਸੀ ਅਸੀਂ ਵੀ ਇੰਨਾ ਦਿਨਾਂ ਚੋਂ ਨਿਕਲ ਕੇ ਆਏ ਆ ਪਰ ਹੁਣ ਮੇਰੇ ਪੈਰੈਂਟਸ ਮੇਰੇ ਮਦਰ ਬਿਮਾਰ ਰਹਿੰਦੇ ਨੇ ਪਾਪਾ ਕਦੀ ਪਾਪਾ ਵੀ ਬਸ ਠੀਕ ਨਹੀਂ ਰਹਿੰਦੇ ਹੈਗੇ ਤੇ ਮੈਨੂੰ ਡਰ ਲੱਗਦਾ ਹੈ ਕਿ ਪਤਾ ਨਹੀਂ ਮੇਰੇ ਇਤੇ ਕਦੀ ਉਹ ਦਿਨ ਆਊਗਾ ਕਿ ਨਹੀਂ ਨਾਮ ਕੀ ਹੈ ਤੁਹਾਡਾ ਤੇ ਪਿੰਡ ਕਿਹੜਾ ਇੱਕ ਵਾਰ ਦੱਸੋ ਹਾਂਜੀ ਮੇਰਾ ਨਾਮ ਵੀਰਪਾਲ ਕੌਰ ਹੈ ਤੇ ਪਿੰਡ ਮੇਰਾ ਜਤਗਲੇ ਇਹ ਜਿਹੜੇ ਅਥਰੂ ਆ ਨਾ ਇਹ ਅਥਰੂ ਬਹੁਤ ਕੁਝ ਬੋਲਦੇ ਆ ਕਿਉਂਕਿ ਧੀ ਦੇ ਸੁਪਨੇ ਦੇਖੋ ਕਹਿੰਦੇ ਹੁੰਦੇ ਨਾ ਵੀ ਹਰ ਬੰਦਾ ਸੁੱਖਾਂ ਸੁਖਦਾ ਕਹਿੰਦੇ ਮੈਨੂੰ ਪੁੱਤ ਦੇ ਦੇ ਪੁੱਤ ਮੇਰੀ ਵੰਸ਼ ਅੱਗੇ ਵਧਾਊਗਾ ਪਰ ਧੀ ਦੇ ਸੁਪਨੇ ਦੇਖੋ ਹਰ ਬੰਦਾ ਕਹਿੰਦਾ ਨਾ ਵੀ ਜਿਹੜੀ ਧੀ ਹੁੰਦੀ ਹੈ ਨਾ ਹਮੇਸ਼ਾ ਮਾਪਿਆਂ ਦਾ ਸੁੱਖ ਮੰਗਦੀ ਹੈ ਤੇ ਅੱਜ ਇਹ ਧੀ ਵੀ ਮਾਪਿਆਂ ਦਾ ਸੁੱਖ ਮੰਗ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਸ ਉਮਰ ਦੇ ਵਿੱਚ ਆਪਾਂ ਜਦੋਂ ਬੱਚਾ ਹੁੰਦਾ ਨਾ ਆਪਾਂ ਕਹਿੰਦੇ ਯਾਰ ਤੈਨੂੰ ਗਰਮੀ ਲੱਗ ਜੂ ਪੁੱਤ ਬਾਹਰ ਨਾ ਨਿਕਲੀ ਏਸੀ ਲਾ ਲਾ ਪਰ ਉਹ ਜਿਹੜੇ ਏਸੀਆਂ ਥੱਲੇ ਬੈਠੇ ਬਾਬੂ ਆ ਨਾ ਉਹਨਾਂ ਨੂੰ ਇਹ ਝੋਨਾ ਲਾਉਣ ਵਾਲੇ ਨਹੀਂ ਦਿਖਦੇ ਇਹ ਛੋਟੇ ਛੋਟੇ ਹੱਥਾਂ ਤੇ ਉਸੇ ਹੱਥਾਂ ਦੇ ਹਲਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕੁੜੀਆਂ ਦੇ ਇਹ ਹੱਥ ਨਹੀਂ ਦਿਖਦੇ ਇਹ ਹੱਥ ਪੈਨ ਫੜਨ ਵਾਲੇ ਕਲਮਾ ਫੜਨ ਵਾਲੇ ਹੱਥ ਸੀ ਤੇ ਇਹ ਜਿਹੜੇ ਪੈਰ ਸੀ ਨਾ ਜਿਹੜੇ ਇਸ ਟਾਈਮ ਗਾਰੇ ਦੇ ਵਿੱਚ ਡੁੱਬੇ ਹੋਏ ਆ ਇਹ ਪੈਰ ਟਰੈਕ ਤੇ ਭੱਜਣ ਵਾਲੇ ਸੀ ਤਾਂ ਇਹਨੂੰ ਇਹਨਾਂ ਪੈਰਾਂ ਨੂੰ ਹੁਣ ਇਹਨਾਂ ਗਾਰੀਆਂ ਦੇ ਵਿੱਚ ਇਹਨਾਂ ਇੱਥੇ ਇਹਨਾਂ ਹਾਲਾਤਾਂ ਦੇ ਵਿੱਚ ਭੱਜਣਾ ਪੈ ਰਿਹਾ ਅਸੀਂ ਵੀ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਯਾਰ ਕੁਝ ਤਾਂ ਸੋਚ ਲਓ ਕਿਸੇ ਪਾਸੇ ਤਾਂ ਨਿਗਾਹ ਮਾਰ ਲਓ ਵੀ ਇਹ ਲੋਕ ਵੀ ਜਾਉਂਦੇ ਨੇ ਧਰਤੀ ਦੇ ਉੱਪਰ ਇਹਨਾਂ ਨੂੰ ਕਿੱਥੋਂ ਮੋੜ ਕੇ ਲਿਆਉਂਗੇ ਇਹ ਪਲੇਅਰ ਵੀ ਨੇ ਇਹ ਸਾਡੇ ਦੇਸ਼ ਦਾ ਭਵਿੱਖ ਵੀ ਨੇ ਇਹ ਇਹ ਸਾਡੇ ਆਪਦੇ ਪਰਿਵਾਰ ਦਾ ਭਵਿੱਖ ਵੀ ਨੇ ਜੇ ਇਹਨਾਂ ਵਰਗਿਆਂ ਨੂੰ ਇੱਕ-ਇੱਕ ਬੱਚੇ ਨੂੰ ਵੀ ਤੁਸੀਂ ਇੱਕ-ਇੱਕ ਪਿੰਡ ਤੋਂ ਅਡੌਪਟ ਕਰ ਲੈਣਾ ਸਰਕਾਰ ਮੈਨੂੰ ਲੱਗਦਾ ਹੈ ਵੀ ਉਹ ਬੱਚੇ ਕੀ ਤੋਂ ਕੀ ਕਰਦੇ ਨੇ ਸੁਪਨੇ ਦੇਖੋ ਕੁੜੀਆਂ ਦੇ ਕਿੱਡੇ ਵੱਡੇ ਆ ਕਹਿੰਦੇ ਵੀ ਮੈਂ ਵੀ ਨੈਸ਼ਨਲ ਖੇਡਣਾ ਚਾਹੁੰਦੀ ਸੀ ਆਪਣੇ ਪੇਰੈਂਟਸ ਦਾ ਤੇ ਆਪਣੇ ਕਹਿ ਸਕਦੇ ਆ ਭਾਰਤ ਦਾ ਨਾਮ ਜਿਹੜਾ ਉਹ ਰੌਸ਼ਨ ਕਰਨਾ ਚਾਹੁੰਦੀ ਸੀ ਇਸ ਸਟੋਰੀ ਦੇ ਰਾਹੀਂ ਇਹ ਦਿਖਾਉਣ ਦਾ ਮਤਲਬ ਵੀ ਇਹੀ ਹੈ ਵੀ ਤੁਸੀਂ ਜਿੰਨਾ ਹੋ ਸਕਦਾ ਇਸ ਧੀ ਦਾ ਜਿਹੜਾ ਕਹਿ ਸਕਦੇ ਨੇ ਮਦਦ ਇਸ ਧੀ ਦੀ ਕੀਤੀ ਜਾਵੇ ਭਾਵੇਂ ਉਹ ਸਰਕਾਰ ਕਰੇ ਤੇ ਭਾਵੇਂ ਕੋਈ ਹੋਰ ਕਰੇ ਕਿਉਂਕਿ ਅੱਜ ਆਪਦੀ ਟਿਊਸ਼ਨ ਫੀਸ ਅਤੇ ਮੈਸ ਫੀਸ ਇਕੱਠੀ ਕਰਨ ਦੇ ਲਈ ਝੋਨਾ ਲਾਉਣਾ ਪੈ ਰਿਹਾ ਕਦੇ ਸੋਚਿਆ ਕਦੇ ਜੇ ਤੁਹਾਡੇ ਬੱਚ ਜਾ ਕੇ ਨੂੰ ਕਹਿ ਦਿਓ ਨਾ ਵੀ ਭਾਈ ਤੂੰ ਆਪਦੀ ਫੀਸਾਂ ਭਰਨ ਵਾਸਤੇ ਆਪ ਕੰਮ ਕਰ ਲਿਆ ਤਾਂ ਚਾਰ ਵਾਰੀ ਸੋਚੋਗੇ ਭਾਵੇਂ ਠੀਕ ਹੈ ਵੀ ਇਹ ਕੰਮ ਹੁੰਦੇ ਨੇ ਪਰ ਐਡੇ ਮਾੜੇ ਵੀ ਨਹੀਂ ਹੁੰਦੇ ਵੀ ਹਾਲਾਤ ਘਰ ਦਾ ਪਾਲਣ ਪੋਸ਼ਣ ਵੀ ਕਰਨਾ ਪਵੇ ਤੇ ਦੂਸਰੇ ਪਾਸੇ ਇਹਨਾਂ ਇਸ ਧੀ ਨੂੰ ਆਪਣੇ ਗੁਜ਼ਾਰੇ ਦੇ ਵਾਸਤੇ ਝੋਨਾ ਵੀ ਲਾਉਣਾ ਪਵੇ ਮਹਰੀ ਦੇ ਨਾਲ ਜਿੱਤਗਿਲ ਤੋਂ ਜਸੀ ਬਰਾੜ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸੇ ਕਾਲ